ਹਾਂਜੀ ਸਾਰਿਆਂ ਨੂੰ ਸასი ਸ਼ਕਾਲ ਸलाम नमस्कार ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਆਪਣਾ ਫਤੂਰੋ ਇੰਟਰਨੈਸ਼ਨਲ ਕੁਝ ਕਮੈਂਟ ਆਏ ਸਨ ਜਿਹਦੇ ਵਿੱਚ ਪੁੱਛਿਆ ਗਿਆ ਸੀ ਕਿ ਕੁਝ ਦਿਨਾਂ ਤੋਂ ਜੁੜੀਆਂ ਵੀਡੀਓ ਕਿਉਂ ਨਹੀਂ ਆ ਰਹੀਆਂ ਤਾਂ ਪਹਿਲਾ ਜਿਹੜਾ ਇਸ ਦਾ ਤੁਹਾਨੂੰ ਦੱਸ ਦਈਏ ਕਿ ਇਹਦਾ ਕੀ ਮਕਸਦ ਸੀ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਸੀ ਥੋੜੀ ਸਿਹਤ ਦੀ ਪ੍ਰੋਬਲਮ ਚੱਲ ਰਹੀ ਸੀ ਜਿਹਦੀ وجہ ਨਾਲ ਜਿਹੜੀਆਂ ਵੀਡੀਓ ਥੋੜੇ ਦਿਨ ਤੁਹਾਨੂੰ ਨਹੀਂ ਮਿਲੀਆਂ ਤੇ ਹੁਣ ਜਿਹੜੀ ਸਿਹਤ ਹੈ ਜੀ ਥੋੜਾ ਜਿਹਾ ਫਰਕ ਲੱਗ ਰਿਹਾ ਹੈ ਤੇ ਹੁਣ ਤੁਹਾਨੂੰ ਜਿਹੜੀ ਵੀਡੀਓ ਦੇ ਰਿਹਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪਹਿਲੀ ਕਵਰ ਜਿਹੜੇ ਲੋਕ ਇਸਟਰੀ ਦੇ ਵਿੱਚ ਆਉਣਾ ਚਾਹੁੰਦੇ ਹਨ ਉਹਨਾਂ ਦੇ ਨਾਲ ਜਿਹੜੀ ਸੰਬੰਧਿਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਦੱਸ ਦਈਏ ਕਿ ਜਿਹੜਾ ਕਲਿਕ ਡੇ ਹੈ ਬਿਲਕੁਲ ਨਜ਼ਦੀਕ ਆ ਚੁੱਕਾ ਹੈ ਇੱਕ ਜਿਹੜਾ ਕਲਿਕ ਡੇ ਹੈ ਜੀ 18 ਮਾਰਚ ਨੂੰ ਹੈ ਦੂਸਰਾ 21 ਮਾਰਚ ਨੂੰ ਤੇ ਤੀਸਰਾ ਜਿਹੜਾ 25 ਮਾਰਚ ਨੂੰ ਹੈ ਅੱਪਾਂ ਗੱਲ ਕਰ ਰਹੇ ਹਾਂ ਫਲੂਸੀ 2024 ਦੀ ਜਿਹਦੇ ਵਿੱਚ ਟੋਟਲ ਜਿਹੜਾ 1 ਲੱਖ 51000 ਜਿਹੜਾ ਕੋਟਾ ਇਹਨਾਂ ਨੇ ਰੱਖਿਆ ਹੈ ਜਿਹਦੇ ਵਿੱਚ ਤਕਰੀਬਨ 61250 ਜਿਹੜੇ ਕੂਟਾ ਰੱਖਿਆ ਗਿਆ ਹੈ ਜੇ ਆਪਾਂ ਸ਼ਖਸ کہہ ਸਕਦੇ ਹਾਂ ਇਹ ਲਵੋਰੋ ਸਬੂਰ ਦੀ ਨਤੂ ਦੇ ਵਾਸਤੇ ਹਨ ਨੌਨ ਸਤਾਜੂ ਨਾਲੇ ਤੇ 700 ਜਿਹੜੇ ਹਨ ਜੀ ਲਵੋਰੋ ਅਤਨਮ ਤੇ 99000 ਰੁਪਏ ਜਿਹੜੇ ਹਨ ਲਵੋਰੋ ਸਬੂਰ ਦੀ ਨਤੂ ਸਤਾਜੂ ਨਾਲੇ ਦੇ ਵਾਸਤੇ ਹਨ ਬਾਕੀ ਦੇ ਵਾਸਤੇ ਜਿਹੜਾ ਕੰਪਲੀਆਰੀ ਇਮਦੋਲੀ ਇਦਮਾਂ ਦਾ ਜਿਹੜਾ ਹੈ ਜੀ ਮਤਲਬ ਦਮਾਂ ਦਾ ਜਿਹੜਾ ਕਰਨਾ ਹੈ ਉਹ ਤੁਸੀਂ ਤਰਾ ਮੀਤੀ ਸਪੈ ਦੇ ਵੀ ਕਰ ਸਕਦੇ ਹੋ ਜਾਂ CIE ਦੇ ਥਰੂ ਵੀ ਕਰ ਸਕਦੇ ਹੋ ਜਿਹੜਾ ਪੁਰਤਾਲੇ ਸਰਵੀਜ਼ੀ ਪੁਨਤੋ DLC.i.punto interno.it ਬਾਕੀ ਦੀ ਬਸ ਜਿਹੜੇ ਦਮਾਉਂਦੇ ਹਨ ਜੀ ਤੁਸੀਂ ਜਿਹੜੇ ਭੇਜਣੇ ਹਨ 17 ਤਰੀਕ 20 ਤਰੀਕ ਤੇ 24 ਤਰੀਕ ਇਹ ਮਾਰਚ ਦੀ ਆਪਾਂ ਗੱਲ ਕਰੇਗਾ ਨੇ ਇਸ ਟਾਈਮ ਜਿਹੜਾ ਸ਼ਾਮ ਦਾ 6 ਵਜੇ ਦਾ ਟਾਈਮ ਹੈ ਜਿਹੜੇ ਕਲਿਕ ਹੋਣੇ ਹਨ 18 21 ਤੇ 25 ਮਾਰਚ ਨੂੰ ਬਾਕੀ ਜਿਹੜਾ ਨਾ ਟਾਈਮ ਹੈ ਜੀ 18 ਮਾਰਚ 21 ਮਾਰਚ ਤੇ 25 ਮਾਰਚ ਦਾ ਸਵੇਰੇ 9 ਵਜੇ ਜਿਹੜਾ ਇਹ ਕੰਮ ਸ਼ੁਰੂ ਹੋ ਜਾਣਾ ਕਲਿਕਾਂ ਵੱਜਣ ਦਾ ਜਿਹੜੇ 18 ਮਾਰਚ ਨੂੰ ਕਲਿਕਾਂ ਵੱਜਣੀਆਂ ਹਨ ਉਹਨਾਂ ਦੇ ਵਿੱਚ ਆਉਂਦੇ ਹਨ ਲਬੂਰ ਸੂਰ ਦੀ ਨਾ ਤੋਂ ਨੌਨ ਸਤਾਜੋ ਨਾਲੇ ਜਿਹੜੇ 21 ਮਾਰਚ ਵਾਲੇ ਹਨ ਇਹਨਾਂ ਦੇ ਵਿੱਚ ਜਿੱਦਾਂ ਕੀ ਉਹ ਭੋਲੀ ਦੀ ਰਿਫਿਊ ਜਾਤੀ ਤੇ ਇਸ ਤਰ੍ਹਾਂ ਫੇਮਿਲੀ ਆ ਰਹੇ ਤੇ ਜਿਹੜੇ 25 ਮਾਰਚ ਵਾਲੇ ਇਹਨਾਂ ਦੇ ਵਿੱਚ ਆਉਂਦਾ ਹੈ ਲਬੋਰ ਸੂਰਤੀ ਨਤ ਉਸਤਾ ਜੁਨਾਲੇ ਬਾਕੀ ਲਾਸਟ ਤਰੀਕ ਜਿਹੜੀ ਹੈ ਜੀ 31 ਦਸੰਬਰ 2024 ਪ੍ਰੈਜ਼ੈਂਟ ਤਾਰੀਖ ਕਰਨ ਦੇ ਵਾਸਤੇ ਹੁਣ ਚਲਦੇ ਹਾਂ ਜੀ ਅਗਲੀ ਖਬਰ ਦੇ ਉੱਤੇ ਕੁਝ ਲੋਕਾਂ ਦੇ ਵਾਸਤੇ ਜਿਹੜੀ ਚੰਗੀ ਖਬਰ ਆਪਾਂ ਇਸ ਨੂੰ ਕਹਿ ਸਕਦੇ ਹਾਂ ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਦੀ ਜਿਹੜੀ ਆਮਦਨ ਜ਼ਿਆਦਾ ਹੈ ਹੁਣ ਅਗਲੀ ਦੇ ਵਿੱਚ ਜਿਹੜੇ ਇੱਥੋਂ ਦੇ ਡਿਪਟੀ ਮਿਨਿਸਟਰ ਆਫ ਇਕਨੋਮੀ ਹਨ ਜਿਨ੍ਹਾਂ ਦਾ ਨਾਮ ਹੈ ਜੀ ਮੌਰਿਜ਼ੀਓ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਇਟਲੀ ਦੇ ਵਿੱਚ 55000 ਯੂਰੋ ਜਾਂ ਇਸ ਤੋਂ ਜਿਹਦੇ ਉੱਪਰ ਕਮਾਰੇ ਹਨ ਉਹਨਾਂ ਨੂੰ ਆਪਾਂ ਸੁਪਰ ਰੈਚੂ ਮਤਲਬ ਬਹੁਤ ਜ਼ਿਆਦਾ ਉਮੀਦ ਨਹੀਂ ਕਹਿ ਸਕਦੇ ਤੇ ਲੋਕ ਜਿਹੜੇ ਇਸ ਟੈਂਪੀਆ ਪਰਸੈਂਟ ਜਿਹੜਾ ਟੈਕਸ ਭੇ ਕਰਦੇ ਹਨ ਇਹਨਾਂ ਨੇ ਕਿਹਾ ਕਿ ਇਹਦੇ ਵਿੱਚ ਜਿਹੜਾ ਕੁਝੂ ਬਦਲਾਅ ਹੋਣਾ ਚਾਹੀਦਾ ਹੈ ਜਿਹੜੀ ਇਹਨਾਂ ਨੇ ਇੱਕ ਆਈਆਰਪੀਐਫ ਦੇ ਉੱਤੇ ਇੱਕ ਬ੍ਰੈਕਟ ਬਣਾਈ ਸੀ ਜਿਹਦੇ ਵਿੱਚ ਇਹਨਾਂ 28000 ਯੂਰੋ ਤੋਂ ਲੈ ਕੇ 50000 ਯੂਰੋ ਤੱਕ ਦੀ ਜਿਹੜੀ ਆਮਦਨ ਵਾਲੇ ਬੰਦੇ ਹਨ ਇਹਨਾਂ ਦੇ ਉੱਤੇ ਜਿਹੜਾ ਟੈਕਸ ਰੇਟ ਦੇ ਵਿੱਚ ਕਟੌਤੀ ਕੀਤੀ ਸੀ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ 50000 ਤੋਂ ਜਿਹੜਾ 55000 ਉੱਪਰ ਕਰ ਦਿੱਤਾ ਜਾਵੇ ਤੇ ਇਸ ਵਿੱਚ 35% ਦਾ ਜਿਹੜਾ ਰੇਟ ਹੈ ਉਹ ਰੱਖਿਆ ਜਾਵੇ ਕਿਉਂਕਿ ਫਿਲਹਾਲ ਕੀ ਹੁੰਦਾ ਹੈ ਕਿ ਫਿਲਹਾਲ ਜੇ 50000 ਤੋਂ ਉੱਪਰ ਕੋਈ ਜਾਂਦਾ ਹੈ ਤੋਂ ਦੇ ਵਾਸਤੇ 43% ਜਿਹੜਾ ਹੈ ਜੀ ਟੈਕਸ ਉਸ ਨੂੰ ਦੇਣਾ ਪੈਂਦਾ ਹੈ ਹੁਣ ਚਲਦੇ ਹਾਂ ਜੀ ਆਪਣੇ ਨੈਕਸਟ ਅਪਡੇਟ ਦੇ ਉੱਤੇ ਇਹ ਜਿਹੜਾ ਅਪਡੇਟ ਹੈ ਜੀ ਇਸ ਕਰਕੇ ਦਿੱਤਾ ਜਾ ਰਿਹਾ ਕਿਉਂਕਿ ਕੁਝ ਵੀਰਾਂ ਨੇ ਇਹਦੇ ਵਾਸਤੇ ਕਮੈਂਟ ਆਏ ਸਨ ਜਿੱਦਾਂ ਕਿ ਇਟਲੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਪਤਨ ਤੇ ਬੀਵੀ ਕੀਤਾ ਹੋਇਆ ਹੈ ਤੇ ਕਈਆਂ ਵੀਰਾਂ ਨੇ ਪਤੰਤੇ ਵੀ ਨਹੀਂ ਕੀਤਾ ਉਹ ਜਿਹੜੇ ਆਪਣੀ ਮੋਟਰੀ ਨੂੰ ਚਲਾਉਂਦੇ ਹਨ ਜਿਹਦੇ ਵਿੱਚ 50 ਸੀਸੀ ਵਾਲਾ ਇੰਜਨ ਜਿਹੜਾ ਹੁੰਦਾ ਹੈ ਜੀ ਤੁਸੀਂ ਉਸ ਲੈਵਲ ਦੀਆਂ ਜਿਹੜੀਆਂ ਜਾਂ ਉਸ ਪਾਵਰ ਦੀਆਂ ਸਕੂਟਰੀਆਂ ਚਲਾ ਸਕਦੇ ਹੋ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀ 50 ਸੀਸੀ ਦੀ ਸਕੂਟਰੀ ਜਾਂ ਮੋਟਰੀ ਨੂੰ ਜਿਸ ਨੂੰ ਕਹਿੰਦੇ ਹਨ ਜੇ ਆਪਾਂ ਤੇਲ ਦੀ ਕੰਪਸਮਸ਼ਨ ਦੇਖੀ ਤਾਂ तकरीबन ਇਹ ਤੇਲ ਬਹੁਤ ਜ਼ਿਆਦਾ ਖਾਂਦੀਆਂ ਹਨ तकरीबन 1 ਲੀਟਰ ਦੇ ਵਿੱਚ ਕੋਈ ਜਿਹੜੀਆਂ ਪੁਰਾਣੀਆਂ ਸਕੂਟਰੀਆਂ ਦੀਆਂ ਨੂੰ 25 ਕਿਲੋਮੀਟਰ 28 ਕਿਲੋਮੀਟਰ ਇੰਨਾ ਜਿਹੜਾ ਐਵਰੇਜ ਇਹ ਦਿੰਦੀਆਂ ਹਨ ਹੁਣ ਤੁਹਾਨੂੰ ਇੱਕ ਇਹੋ ਜੀ ਚੀਜ਼ ਦਾ ਨਾਮ ਦੱਸਣ ਜਾ ਰਹੇ ਹਾਂ ਜਿਹੜਾ ਕਿ ਇਟਲੀ ਦੇ ਵਿੱਚ ਇੱਕ ਮੋਟਰਸਾਈਕਲ ਹੈ ਤੇ ਉਹਨਾਂ ਵੀਰਾਂ ਦੇ ਵਾਸਤੇ ਜਿਹੜੀ ਖਬਰ ਹੈ ਜਿਨ੍ਹਾਂ ਦੇ ਕੋਲ ਪਤੰਤੇ ਵੀ ਹੈ ਹੁਣ ਜੇ ਤੁਸੀਂ ਕਾਰ ਦੇ ਵਿੱਚ ਕਿਤੇ ਜਾਂਦੇ ਹੋ ਤੇ ਜਿਹੜੀ ਨਾਰਮਲ ਕਾਰ ਹੈ ਆਮ ਕਾਰ ਕਿ 14 15 ਦੀ ਜਿਹੜੀ ਐਵਰੇਜ 1 ਲੀਟਰ ਦੇ ਨਾਲ ਦਿੰਦੀ ਹੈ ਕਈ ਗੱਡੀਆਂ 12 ਕਿਲੋਮੀਟਰ ਚੱਲਦੀਆਂ ਨੇ ਕਈ 15 ਕਈ 16 ਇਹ ਆਪਾਂ ਨਾਰਮਲ ਜਿਹੜੀ ਸੜਕਾਂ ਦੀ ਗੱਲ ਕਰ ਰਹੇ ਹਾਂ ਜੇ ਤੁਸੀਂ ਹਾਈਵੇ ਦੇ ਉੱਤੇ ਜਾ ਰਹੇ ਹੋ ਤੇ ਉਸ ਟਾਈਮ ਜਿਹੜੀ ਐਵਰੇਜ ਵਾਧੀ ਹੈ ਇਹ ਜਿਹੜੀ ਸਕੂਟਰੀ ਹੈ ਜੀ ਉਹ ਵੀ ਤਕਰੀਬਨ 25-30 ਕਿਲੋਮੀਟਰ ਹੀ 1 ਲੀਟਰ ਨਾਲ ਚੱਲਦੀ ਹੈ ਜੇ ਤੁਸੀਂ ਮੋਟਰਸਾਈਕਲ ਵੀ ਖਰੀਦੀ ਹੋ ਕੋਈ 125 ਸੀਸੀ ਵਾਲਾ ਵੀ ਉਹ ਵੀ ਤਕਰੀਬਨ 40-45 ਕਿਲੋਮੀਟਰ ਬਹੁਤੇ ਲੋਕ ਇਹੋ ਜਿਹੇ ਮੋਟਰਸਾਈਕਲ ਇਟਲੀ ਦੇ ਵਿੱਚ ਲੱਭ ਰਹੇ ਹਨ ਜਿਵੇਂ ਕਿ ਇੰਡੀਆ ਦੇ ਵਿੱਚ ਤੁਸੀਂ ਨਾਮ ਸੁਣਿਆ ਹੈ ਹੀਰੋ Honda ਜਿਹੜਾ ਕਿ ਕਿਸੇ ਟਾਈਮ 99 ਕਿਲੋਮੀਟਰ ਪ੍ਰਤੀ ਲੀਟਰ ਜਿਹੜਾ ਐਵਰੇਜ ਦਿੰਦਾ ਸੀ ਹੁਣ ਇਹੋ ਜਿਹੇ ਮੋਟਰਸਾਈਕਲ ਜਿਹੜਾ ਇਟਲੀ ਦੇ ਵਿੱਚ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਐਵਰੇਜ ਦੇ ਰਿਹਾ ਹੈ ਜਿਨ੍ਹਾਂ ਦੇ ਕੋਲ ਪ੍ਰਤੰਤੇ ਵੀ ਹੈ ਉਹ Honda ਵਾਲਿਆਂ ਦੇ শোরੂਮ ਦੇ ਵਿੱਚ ਜਾ ਸਕਦੇ ਹਨ ਜਾਂ ਪੁਰਾਣਾ ਵੀ ਖਰੀਦ ਸਕਦੇ ਹਨ ਇਸ ਦਾ ਨਾਮ ਹੈ ਜੀ ਸੀ ਵੀ 125 ਐਫ ਇਹ ਚ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਕਿ ਸੀ ਬੀ 125 ਐਫ ਜੀ ਦੇ ਪਿੱਛੇ ਲਿਖਿਆ ਹੋਏਗਾ ਉਹੀ ਮੋਟਰਸਾਈਕਲ ਜਿਹੜਾ ਹੈ ਇਸ ਟਾਈਮ ਜਿਹੜਾ 66 67 ਕਿਲੋਮੀਟਰ ਦੀ ਐਵਰੇਜ ਜਿਹੜੀ 1 ਲੀਟਰ ਦੇ ਨਾਲ ਦਿੰਦਾ ਹੈ ਤੇ ਤੁਸੀਂ ਤਕਰੀਬਨ 4 ਗੁਣਾ ਪੈਸੇ ਜਿਹੜੇ ਹਨ ਪੈਟਰੋਲ ਦੇ ਉੱਪਰ ਬਚਾ ਸਕਦੇ ਹੋ ਜੇ ਆਪਾਂ ਇਹਦਾ ਐਜ਼ੀ ਕੰਪੈਰੀਜ਼ਨ ਟੂ ਦਾ ਕਾਰ ਕਰੀਏ ਜੋ ਤੁਸੀਂ ਸ਼ੋਰੂਮ ਦੇ ਵਿੱਚ ਜਾਂਦੇ ਹੋ ਤੇ ਕਈ ਵਾਰ ਜਿਹੜਾ ਉਹ ਤੁਹਾਨੂੰ ਇਹ ਮੋਟਰਸਾਈਕਲ ਨਹੀਂ ਦਿੰਦੇ ਉਹ ਕਹਿੰਦੇ ਹਨ ਕਿ ਫਿਲਹਾਲ ਜਿਹੜਾ ਹੈ ਜੀ ਇਸ ਦੀ ਪ੍ਰੋਡਕਸ਼ਨ ਪਿੱਛੋਂ ਨਹੀਂ ਆ ਰਹੀ ਜਾਂ ਘੱਟ ਆ ਰਹੀ ਹੈ ਤੇ ਤੁਸੀਂ ਇਸ ਦੇ ਬਦਲੇ CB 125R ਖਰੀਦ ਲਵੋ ਤੇ ਇੱਥੇ ਹੀ ਦੱਸ ਦਈਏ ਕਿ ਜਿਹੜਾ R ਮਾਡਲ ਹੈ ਜੀ ਉਹਦੇ ਵਿੱਚ ਜਿਹੜਾ ਐਵਰੇਜ ਦਾ ਕਾਫੀ ਫਰਕ ਹੈ ਉਹਦੀ ਐਵਰੇਜ ਘੱਟ ਹੈ ਜਾਂਦੇ ਜਾਂਦੇ ਤੁਹਾਨੂੰ ਜਿਹੜਾ ਇਸ ਦਾ ਰੇਟ ਵੀ ਦੱਸ ਦਈਏ ਕਿ ਇਸ ਖਬਰ ਦੇ ਵਿੱਚ ਕੀ ਇਹ ਮੋਟਰਸਾਈਕਲ ਅਗਰ ਤੁਸੀਂ ਨਵਾਂ ਖਰੀਦਦੇ ਹੋ ਤੇ ਤਕਰੀਬਨ ਤੁਹਾਨੂੰ 3 ਕਹ ਹਜ਼ਾਰ ਯੂਰੋ ਦੇ ਆਸ-ਪਾਸ ਜਿਹੜਾ ਇਹ ਮਿਲਦਾ ਹੈ ਤੇ 350 350 ਜਾਂ 400 ਯੂਰੋ ਦੇ ਕਰੀਬ ਜਿਹੜਾ ਖਰਚਾ ਉੱਪਰ ਪੈਂਦਾ ਹੈ ਕਿਉਂਕਿ ਨਵੀਂ ਗੱਡੀ ਖਰੀਦਣ ਦੇ ਉੱਤੇ ਵੀ ਖਰਚਾ ਲੱਗਦਾ ਟੈਕਸ ਹੁੰਦਾ ਹੈ ਇਸ ਤਰ੍ਹਾਂ ਚਾਬੀ ਤੁਹਾਡੇ ਹੱਥ ਦੇ ਵਿੱਚ ਆਉਂਦਿਆਂ ਆਉਂਦਿਆਂ ਤਕਰੀਬਨ 33-3400 ਯੂਰੋ ਦਾ ਖਰਚਾ ਹੋ ਜਾਂਦਾ ਹੈ ਪਰੰਤੂ ਬਾਅਦ ਵਿੱਚ ਜਿਹੜੇ ਪੈਸੇ ਹਨ ਉਹ ਪੈਟਰੋਲ ਦੇ ਵਿੱਚੋਂ ਪੂਰੇ ਹੋ ਜਾਂਦੇ ਹਨ ਹੁਣ ਦੇਖਦੇ ਹਾਂ ਕੀ ਕਰੰਸੀ ਰੇਟ ਯੂਰੋ ਦਾ ਕੀ ਚੱਲ ਰਿਹਾ ਹੈ 90 ਰੁਪਏ 29 ਪੈਸੇ ਉੱਤੇ ਰੇਟ ਜਿਹੜਾ ਘਟਣਾ ਸ਼ੁਰੂ ਹੋ ਚੁੱਕਾ ਹੈ ਇੰਗਲੈਂਡ ਦਾ 1 ਪਾਉਂਡ 105 ਰੁਪਏ 76 ਪੈਸੇ दुबई ਦਾ ਦਰਮ 22.58 ਪੈਸੇ ਨਿਊਜ਼ੀਲੈਂਡ ਡਾਲਰ 50 ਰੁਪਏ 85 ਪੈਸੇ ਤੇ ਇਸ ਤੋਂ ਇਲਾਵਾ ਆਸਟ੍ਰੇਲੀਅਨ ਡਾਲਰ 54.61 ਪੈਸੇ ਅਮਰੀਕਨ ਡਾਲਰ 82.94 ਪੈਸੇ ਕੈਨੇਡਾ ਡਾਲਰ 64 ਰੁਪਏ 32 ਪੈਸੇ ਤੇ ਜਿਹੜਾ ਬਿਟਕੋਇਨ ਹੈ ਜਿਸ ਨੇ ਨਵਾਂ ਰਿਕਾਰਡ ਬਣਾਇਆ ਹੈ ਪਿਛਲੇ ਸਾਲ ਤਕਰੀਬਨ 19000 ਡਾਲਰ ਦੇ ਉੱਤੇ ਚੱਲ ਰਿਹਾ ਸੀ ਤੇ ਅੱਜ ਇਸ ਦਾ ਰੇਟ 70474 ਦੇ ਉੱਤੇ ਪਹੁੰਚ ਚੁੱਕਾ ਹੈ ਮਤਲਬ ਕਿ ਲੋਕਾਂ ਨੇ 1 ਸਾਲ ਦੇ ਵਿੱਚ 350% ਜਿਹੜਾ ਵਿਆਜ ਹੈ ਜੀ ਪ੍ਰਾਪਤ ਕਰ ਲਿਆ ਹੈ ਜਦੋਂ ਕਿ ਆਪਾਂ ਬੈਂਕਾਂ ਦੇ ਵਿੱਚ ਸੁਣਦੇ ਹਾਂ ਕਿ 6% 7% ਜਿਹੜਾ ਵਿਆਜ ਹੈ ਉਹ ਮਿਲਦਾ ਹੈ ਅਗਲੀ ਖ਼ਬਰ ਜਿਹੜੀ ਪੰਜਾਬ ਦੇ ਨਾਲ ਸੰਬੰਧਿਤ ਹੈ ਪੰਜਾਬ ਦੇ ਵਿੱਚ ਡੋਲਫਿਨ ਮੱਛੀ ਜਿਹੜੀ ਹੈ ਤੁਸੀਂ ਨਾਮ ਸੁਣਿਆ ਹੋਵੇਗਾ ਡੋਲਫਿਨ ਡੋਲਫਿਨ ਮੱਛੀ ਦੀ ਜਿਹੜੀ ਡੈਥ ਹੋ ਚੁੱਕੀ ਹੈ ਹੁਣ ਇੱਥੇ ਬਹੁਤੇ ਲੋਕ ਇਹ ਸੋਚਣਗੇ ਕਿ ਪੰਜਾਬ ਦੇ ਵਿੱਚ ਡੋਲਫਨ ਮੱਛੀ ਜਿਹੜੀ ਕਿੱਥੋਂ ਆ ਗਈ ਤਾਂ ਇੱਥੇ ਦੱਸ ਦਈਏ ਕਿ ਤਕਰੀਬਨ ਤੁਸੀਂ ਨਾਮ ਸੁਣਿਆ ਹੋਵੇਗਾ ਜਿਹੜੀ ਵਿਸ਼ਵ ਪ੍ਰਸਿੱਧ ਇੱਕ ਝੀਲ ਹੈ ਹਰੀਕੇ ਪਤਨਾ ਜੇ ਆਪਾਂ ਇਸ ਦਾ ਕਿਲੋਮੀਟਰ ਦੇ ਵਿੱਚ ਵਰਗ ਕਿਲੋਮੀਟਰ ਇਲਾਕਾ ਦੇਖੀ ਤਾਂ ਤਕਰੀਬਨ 86 ਵਰਗ ਕਿਲੋਮੀਟਰ ਦੇ ਇਲਾਕੇ ਦੇ ਵਿੱਚ ਜਿਹੜੀ ਇਹ ਝੀਲ ਫੈਲੀ ਹੋਈ ਹੈ 86 ਵਰਗ ਕਿਲੋਮੀਟਰ ਜਿਹੜਾ ਹੈ ਜੀ ਕੋਈ ਛੋਟਾ ਇਲਾਕਾ ਨਹੀਂ ਹੁੰਦਾ ਮਤਲਬ ਕੀ ਹੈ ਕਿ ਜੇ ਆਪਾਂ ਇੱਕ ਪਾਸੇ ਨੂੰ 10 ਕਿਲੋਮੀਟਰ ਸਿੱਧੇ ਚਲੀਏ ਤੇ ਦੂਜੇ ਪਾਸੇ ਨੂੰ ਤਕਰੀਬਨ 8.5 ਕਿਲੋਮੀਟਰ ਚਲੀਏ ਤਾਂ ਫਿਰ ਜਾ ਕੇ ਇੰਨਾ ਜਿਹੜਾ ਇਲਾਕਾ ਹੈ ਐਡੀ ਵੱਡੇ ਇਲਾਕੇ ਦੇ ਵਿੱਚ ਇਹ ਝੀਲ ਹੈ ਜਿੱਥੇ ਕਿ 2007 ਦੇ ਵਿੱਚ ਪਹਿਲੀ ਵਾਰ ਜਿਹੜੀ ਡੋਲਫਿਨ ਮੱਛੀ ਦੇਖੀ ਗਈ ਸੀ ਇਹ ਤੁਹਾਨੂੰ ਇੱਕ ਚੀਜ਼ ਹੋਰ ਦੱਸੀਏ ਕਿ ਏਸੀ ਛੀਲ ਦੇ ਵਿੱਚੋਂ ਜਿਹੜੀ ਇੱਕ ਫਿਰੋਜ਼ਪੁਰ ਫੀਡਰ ਨਹਿਰ ਨਿਕਲਦੀ ਹੈ ਉਸ ਨਹਿਰ ਦੇ ਵਿੱਚ ਜਾ ਕੇ ਜਿਹੜੀ ਇਹ ਡਾਲਫਿਨ ਮੱਛੀ ਹੈ ਜੀ ਮਰੀ ਹੋਈ ਹਾਲਤ ਦੇ ਵਿੱਚ ਮਿਲਦੀ ਹੈ। ਬਾਕੀ ਜਿਹੜੇ ਇਸ ਚੀਜ਼ ਦੇ ਮਾਰ ਹਨ ਜਿਹੜੇ ਕਿ ਰੇਂਜ ਅਫਸਰ ਉਹਨਾਂ ਨੇ ਦੱਸਿਆ ਹੈ ਕਿ ਤਕਰੀਬਨ ਛੀਲ ਦੇ ਵਿੱਚ ਇੱਕ ਡਾਲਫਿਨ ਨਹੀਂ ਹੈ। ਇੱਥੇ ਤਕਰੀਬਨ ਉਹਨਾਂ ਨੇ ਦੱਸਿਆ ਹੈ ਕਿ ਤਕਰੀਬਨ 4 ਤੋਂ ਲੈ ਕੇ 6 ਡਾਲਫਿਨ ਮੱਛੀਆਂ ਜਿਹੜੀਆਂ ਇਸ ਛੀਲ ਦੇ ਵਿੱਚ ਹੋ ਸਕਦੀਆਂ ਹਨ। ਇਸ ਮਛਲੀ ਦੀ ਲੰਬਾਈ ਜਿਹੜੀ 7 ਫੁੱਟ ਤੇ 5 ਫੁੱਟ ਜਿਹੜੀ ਇਸ ਦੀ ਮੋਟਾਈ ਸੀ ਹੁਣ ਜਿਹੜੀ ਨੈਕਸਟ ਕਵਰ ਹੈ ਜੀ ਉਹਨਾਂ ਲੋਕਾਂ ਦੇ ਵਾਸਤੇ ਹੈ ਜਿਹੜੇ ਸਟਰਾਬਰੀ ਖਾਂਦੇ ਹਨ ਤੇ ਅੰਗੂਰ ਖਾਂਦੇ ਹਨ ਹੁਣ ਐਕਸਪਰਟ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਅੰਗੂਰ ਤੇ ਸਟਰਾਬਰੀ ਸਿੱਧੇ ਹੀ ਖਾ ਲੈਂਦੇ ਹਨ ਉਹਨਾਂ ਨੂੰ ਜਿਹੜਾ ਕੁਝ ਨੁਕਸਾਨ ਹੋ ਸਕਦਾ ਹੈ ਜਿਹਦੇ ਵਿੱਚ ਕੁਝ ਘਾਤਕ ਬਿਮਾਰੀਆਂ ਹਨ ਜਿਦਾਂ ਕਿ ਕਿਡਨੀ ਲੀਵਰ ਦੀ ਸਮੱਸਿਆ ਗਲੇ ਦੀ ਇਨਫੈਕਸ਼ਨ ਉਲਟੀਆਂ ਆ ਸਕਦੀਆਂ ਚੱਕਰ ਆ ਸਕਦੇ ਹਨ ਸਿਰ ਦਰਦ ਹੋ ਸਕਦਾ ਹੈ ਅੰਗੂਰ ਜਾਂ ਸਟਰਾਬਰੀ ਖਾਣ ਤੋਂ ਪਹਿਲਾਂ ਦੱਸਿਆ ਗਿਆ ਹੈ ਕਿ ਇਹਨਾਂ ਨੂੰ ਜਿਹੜਾ ਗਰਮ ਪਾਣੀ ਦੇ ਵਿੱਚ ਨਾ ਕੋ ਪਾ ਕੇ ਉਹਦੇ ਵਿੱਚ ਅੱਧੇ ਘੰਟੇ ਦੇ ਬਾਅਦ ਤੁਸੀਂ ਇਹਨਾਂ ਨੂੰ ਛੱਡ ਦੇਣਾ ਹੈ। ਫਿਰ ਜਿਹੜਾ ਇਸ ਨੂੰ ਤਾਜੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰਨਾ ਹੈ। ਇਹ ਇਸ ਕਰਕੇ ਦੱਸਿਆ ਗਿਆ ਹੈ ਕਿਉਂਕਿ ਇਹਨਾਂ ਦੇ ਉੱਤੇ ਦੱਸਿਆ ਗਿਆ ਹੈ ਕਿ ਜਿਹੜੇ ਕੀਟਨਾਸ਼ਕ ਹਨ ਇਹਨਾਂ ਦੀ ਜਿਹੜੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਜੋ ਤੁਸੀਂ ਸਿੱਧੇ ਹੀ ਇਹਨਾਂ ਨੂੰ ਖਾਂਦੇ ਹੋ ਤੁਸੀਂ ਜਿਹੜੇ ਕੀਟਨਾਸ਼ਕ ਤੁਹਾਡੇ ਸਰੀਰ ਦੇ ਵਿੱਚ ਸਿੱਧੇ ਹੀ ਐਂਟਰ ਹੋ ਜਾਂਦੇ ਹਨ ਤੇ ਜਿਹੜੇ ਕੀ ਬਾਅਦ ਵਿੱਚ ਨੁਕਸਾਨ ਕਰਦੇ ਹਨ। ਗੱਲ ਕਰ ਲਈਏ ਨੈਕਸਟ ਖ਼ਬਰ ਦੀ ਆਰਟੀਫੀਸ਼ੀਅਲ ਇੰ ਜਦੋਂ ਕੁਝ ਸਮਾਂ ਪਹਿਲਾਂ ਇਹਦੀ ਐਂਟਰੀ ਹੋਈ ਸੀ ਤੇ ਲੋਕਾਂ ਨੂੰ ਡਰ ਪੈ ਗਿਆ ਸੀ ਕਿ ਛੇ ਜਿਹੜਾ ਇਨਸਾਨਾਂ ਦਾ ਕੰਮ ਇਹ ਲੋਕ ਕਰਨਗੇ ਤੇ ਉਸ ਟਾਈਮ ਕਿਹਾ ਗਿਆ ਸੀ ਕਿ ਇਹ ਜਿਹਾ ਨਹੀਂ ਹੋਵੇਗਾ ਪਰੰਤੂ ਹੁਣ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜੀ AI ਟੈਕਨੋਲੋਜੀ ਹੈ ਜੀ ਇਨਸਾਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਇਹਨਾਂ ਨੂੰ ਲਾਇਆ ਜਾ ਰਿਹਾ ਹੈ ਕੱਲ ਨੂੰ ਫੈਕਟਰੀਆਂ ਵਿੱਚ ਵੀ ਮਜ਼ਦੂਰਾਂ ਦੀ ਜਗ੍ਹਾ ਦੇ ਉੱਤੇ ਅਗਰ ਰੋਬੋਟ ਕੰਮ ਕਰਨਗੇ ਤੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਹੁਣ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਹਨ ਉਹ ਵੀ AI ਬਣਾ ਦਿੱਤੇ ਗਏ ਹਨ ਤੇ ਹੁਣ ਦੇਖਿਆ ਗਿਆ ਕਿ ਜਿਹੜੇ ਮਾਡਲ ਹਨ ਜਿੱਦਾਂ ਕਿ ਮਸ਼ਹੂਰੀ ਕਰਨ ਦੇ ਵਾਸਤੇ ਪਬਲਿਸਿਟੀ ਉਹ ਵੀ AI ਮਾਡਲ ਬਣ ਚੁੱਕੇ ਹਨ ਤੇ ਹੁਣ ਜਿਹੜਾ AI ਸੌਫਟਵੇਅਰ ਇੰਜੀਨੀਅਰ ਵੀ ਲਾਂਚ ਕਰ ਦਿੱਤਾ ਗਿਆ ਹੈ ਇਹਦਾ ਜਿਹੜਾ ਨਾਮ ਰੱਖਿਆ ਗਿਆ ਹੈ ਡੇਵਨ AI ਸੌਫਟਵੇਅਰ ਇੰਜੀਨੀਅਰ ਤੇ ਦੱਸਿਆ ਗਿਆ ਹੈ ਕਿ ਮਿੰਟਾਂ ਦੇ ਵਿੱਚ ਜਿਹੜੀ ਕੋਡਿੰਗ ਵਗੈਰਾ ਕਰ ਸਕਦਾ ਹੈ ਕੁਝ ਮਿੰਟਾਂ ਦੇ ਵਿੱਚ ਐਪ ਨੂੰ ਬਣਾ ਸਕਦਾ ਹੈ ਤੇ ਉਹ ਸਾਰੇ ਕੰਮ ਕਰ ਸਕਦਾ ਹੈ ਜਿਹੜਾ ਇੱਕ ਸੌਫਟਵੇਅਰ ਇੰਜੀਨੀਅਰ ਕਰਦਾ ਹੈ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ